ਸਤਿ ਸ਼੍ਰੀ ਅਕਾਲ ਦੋਸਤੋ। ਸੋ ਯੂਕੇ ਬਾਰੇ ਖਾਸ ਖਬਰ ਹੋਏਗੀ ਇਸ ਵੀਡੀਓ ਦੇ ਵਿੱਚ, ਧਿਆਨ ਨਾਲ ਸੁਣਨਾ ਤੁਹਾਡਾ ਬਹੁਤ ਲਾਜ਼ਮੀ ਆ। ਸੋ ਦੋਸਤੋ, ਯੂਕੇ ਇੱਕ ਐਸਾ ਡੈਸਟੀਨੇਸ਼ਨ ਬਣ ਕੇ ਉੱਭਰ ਰਿਹਾ ਹੈ ਜਿਹਦੇ ਨੇ ਬਹੁਤ ਬਹੁਤ ਜ਼ਿਆਦਾ ਉਮੀਦ ਜਿਤਾਈ ਆ, ਔਰ ਤੁਹਾਡਾ ਖਾਸ ਕਰਕੇ ਇੰਡੀਆ ਤੋਂ ਜਿਹੜਾ ਵੀਜ਼ਾ ਦਾ ਸਕਸੈਸ ਰੇਟ ਆ 92% ਆ, ਬਹੁਤ ਵੱਡਾ ਆ। ਸੋ ਆਲਮੋਸਟ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਆਲਮੋਸਟ ਹਰ ਬੱਚੇ ਨੂੰ ਜਿਹਨੇ ਜੈਨੂਨ ਕਾਗਜ਼ ਲਾਏ ਆ, ਜੈਨੂਨ ਫੰਡ ਦਿਖਾਏ ਆ, ਉਹਨੂੰ ਵੀਜ਼ਾ ਮਿਲਿਆ ਆ। ਸੋ 8% ਵੀ ਜਿਹੜੀਆਂ ਐਪਲੀਕੇਸ਼ਨਸ ਰਿਫਿਊਜ਼ ਹੋਈਆਂ ਆ ਪੂਰੇ ਇੰਡੀਆ ਦੇ ਵਿੱਚੋਂ, ਸੋ ਉਹ ਸਿਰਫ ਤੋਂ ਸਿਰਫ ਡਾਕੂਮੈਂਟਰੀ ਐਵੀਡੈਂਸ ਕਰਕੇ ਜਾਂ ਫਾਈਨੈਂਸ਼ੀਅਲ ਡਾਕੂਮੈਂਟਸ ਦੀ ਕਮੀ ਕਰਕੇ ਜਾਂ ਕੋਈ ਨਾ ਕੋਈ ਫਾਲਸ ਜਿਹੜੀਆਂ ਕੋਈ ਡਾਕੂਮੈਂਟ ਗਲਤ ਕਾਗਜ਼ ਪੱਤਰ ਲਾਏ ਪਏ ਉਹਨਾਂ ਕਰਕੇ ਵੀਜ਼ਾਜ਼ ਰਿਫਿਊਜ਼ ਹੋਏ ਆ। ਸੋ ਇੰਨਾ ਵੱਡਾ ਸਕਸੈਸ ਰੇਟ ਪਿਓਰ ਮੈਥੇਮੈਟੀਕਲ ਹੈ ਕਿ ਜਿਹੜਾ ਯੂਕੇ ਨੂੰ ਅੱਜ ਕੱਲ੍ਹ ਬੱਚਾ ਵੀਜ਼ਾ ਅਪਲਾਈ ਕਰ ਰਿਹਾ ਉਹਦਾ ਵੀਜ਼ਾ ਰਿਫਿਊਜ਼ ਨਹੀਂ ਹੋ ਰਿਹਾ। ਔਰ ਇਹਦੇ ਵਿੱਚ ਅਸੀਂ ਪਰ ਜਿਹੜੀ ਤੁਹਾਡੇ ਵੀਜ਼ਾ ਐਪਲੀਕੇਸ਼ਨ ਸੈਂਟਰ ਆ ਉਹਨਾਂ ਦੇ ਹਿਸਾਬ ਨਾਲ ਅੰਕੜੇ ਜਾਰੀ ਕੀਤੇ ਨੇ ਖੁਦ ਬ੍ਰਿਟਿਸ਼ ਹਾਈ ਕਮਿਸ਼ਨ ਨੇ। ਸੋ ਸਭ ਤੋਂ ਵੱਧ ਜਿਹੜਾ ਰਿਫਿਊਜ਼ਲ ਰੇਟ ਹੈ ਉਹ ਚੰਡੀਗੜ੍ਹ ਦਾ ਆ, ਉਹ ਹੈਗਾ 12.4%, ਔਰ ਸਭ ਤੋਂ ਘੱਟ ਹੈਗਾ ਹੈਦਰਾਬਾਦ ਦਾ ਸਿਰਫ 7%, ਦਿੱਲੀ 7.2%। ਸੋ ਸਟਿਲ ਇਹਦਾ ਮਤਲਬ ਇਹ ਹੈ ਕਿ ਜਿੰਨੀਆਂ ਐਪਲੀਕੇਸ਼ਨਸ ਯੂਕੇ ਨੂੰ ਲੱਗਦੀਆਂ ਨੇ ਉਹ ਸਾਰੀਆਂ ਵੀਜ਼ਾ ਲੈ ਕੇ ਆਉਂਦੇ ਨੇ ਬੱਚੇ। ਸੋ ਯੂਕੇ ਇੱਕ ਐਸਾ ਡੈਸਟੀਨੇਸ਼ਨ ਆ ਜਿਹਦੇ ਵਿੱਚ ਕਿ ਇੱਕ ਭਰਮ ਹੈ ਕਿ ਸ਼ਾਇਦ ਉੱਥੇ ਇੱਕ PR ਨਹੀਂ ਮਿਲਦੀ, ਜਦਕਿ ਜਿਹੜੇ ਪਿਛਲੇ ਸਾਲ ਤੋਂ ਜਿਹੜੇ ਸਟੂਡੈਂਟਸ ਗ੍ਰੈਜੂਏਟ ਹੋਣੇ ਆ ਜਾਂ ਇਸ ਸਾਲ ਦੇ ਜਿਹੜੇ ਸਟੂਡੈਂਟਸ ਗ੍ਰੈਜੂਏਟ ਹੋਣਗੇ ਜਾਂ ਜਿਹੜੇ ਆਉਣ ਵਾਲੇ ਸਾਲਾਂ ਸਟੂਡੈਂਟ ਗ੍ਰੈਜੂਏਟ ਹੋਣਗੇ ਉਹਨਾਂ ਦੀ PR ਹੈ ਉੱਥੇ। ਸੋ ਤੁਸੀਂ ਲੀਗਲੀ ਕੰਮ ਕਰ ਸਕਦੇ ਹੋ, ਅਗਰ ਜਿਹੜਾ ਗ੍ਰੈਜੂਏਟ ਸਟੂਡੈਂਟ ਹੈ ਇੱਕ ਸਾਲ ਪੜ੍ਹੇਗਾ, ਉਸ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਆ, ਔਰ ਉਸ ਤੋਂ ਬਾਅਦ ਤੁਸੀਂ ਆਪਣੀ ਐਪਲੀਕੇਸ਼ਨ ਜੋਬ ਦੇ ਆਧਾਰ 'ਤੇ ਲਾ ਸਕਦੇ ਹੋ। ਪੁਆਇੰਟ ਬੇਸਡ ਇਮੀਗ੍ਰੇਸ਼ਨ ਯੂਕੇ ਨੇ ਸ਼ੁਰੂ ਕੀਤੀ ਹੈ, 70 ਪੁਆਇੰਟ ਹਾਸਲ ਕਰਨੇ ਹੈ, 70 ਪੁਆਇੰਟ ਹਾਸਲ ਕਰਨ ਦਾ ਫਾਰਮੂਲਾ ਜੋਬ ਹੈ। ਸੋ ਜੋਬ ਹੈਗੀ ਆ, ਕਮਾਊ ਪੁੱਤਰ ਨੂੰ ਘਰ ਰੱਖ ਲੈਣਗੇ, ਸੋ ਯੂਕੇ ਰੱਖ ਲਏਗਾ। ਸੋ ਇਹ ਇੱਕ ਐਸਾ ਸਮਾਂ ਹੈ ਜਿਹਦੇ ਤੁਸੀਂ £2000 ਦੇ ਕੇ ਵੀ ਜਾ ਸਕਦੇ ਹੋ। ਸੋ ਯੂਕੇ ਦੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਦਾ ਇਸ ਤੋਂ ਤੁਹਾਨੂੰ ਅੰਦਾਜ਼ਾ ਹੋ ਰਿਹਾ ਹੋਣਾ ਕਿ ਯੂਕੇ ਨੇ ਇਸ ਸਮੇਂ ਦੇ ਵਿੱਚ ਨੋ ਇੰਟਰਵਿਊ ਪਾਲਿਸੀ ਅਪਣਾਈ ਹੋਈ ਆ। ਹਾਂ, ਯੂਨੀਵਰਸਿਟੀਜ਼ ਜ਼ਰੂਰ ਇੰਟਰਵਿਊ ਲੈ ਰਹੀਆਂ ਨੇ, ਸੋ ਚੰਗੇ ਸਟੂਡੈਂਟਸ ਨੂੰ ਛੱਡ ਕੇ ਜਿਹੜੇ ਅਗਰ ਸਟੂਡੈਂਟਸ ਨੂੰ ਬਿਨਾਂ ਆਈਲੈਟਸ ਤੋਂ ਲਾ ਰਹੇ ਆ ਉਹਨਾਂ ਦੀਆਂ ਇੰਟਰਵਿਊਜ਼ ਆ ਰਹੀਆਂ ਨੇ, ਜਾਂ ਸਟੂਡੈਂਟਸ ਜਿਹੜੇ ਆ ਉਹ ਆਪਣੇ ਆਪ ਨੂੰ ਆਪਣੀ ਕ੍ਰੈਡੀਬਿਲਟੀ ਪ੍ਰੂਵ ਕਰਨ ਲਈ ਉਹਨਾਂ ਨੂੰ ਕੋਈ ਨਾ ਕੋਈ ਟੈਸਟ ਦੇਣਾ ਪੈਂਦਾ ਇੰਗਲਿਸ਼ ਦਾ। ਸੋ ਅਗਰ ਤੁਹਾਡੇ ਕੋਲ ਰਿਕੁਆਇਰਡ ਸਕੋਰ ਹੈਗਾ ਤੁਹਾਡੀ ਇੰਟਰਵਿਊ ਵੀ ਨਹੀਂ ਆਉਂਦੀ, ਔਰ ਇਹ ਵੀ ਅਸੀਂ ਕ੍ਰੈਡੀਬਿਲਟੀ ਇੰਟਰਵਿਊ ਬੋਲਦੇ ਹਾਂ, ਔਰ ਕੁਛ ਯੂਨੀਵਰਸਿਟੀਜ਼ ਸਟੂਡੈਂਟਸ ਕੋਲੋਂ ਇੰਟਰਵਿਊ ਬਿਲਕੁਲ ਵੀ ਨਹੀਂ ਲੈ ਰਹੀਆਂ। ਸੋ ਯੂਕੇ ਦੇ ਵਿੱਚ ਬਹੁਤ ਸਾਰੀਆਂ ਅਲੱਗ ਅਲੱਗ ਯੂਨੀਵਰਸਿਟੀਜ਼ ਆ, ਪਬਲਿਕ ਯੂਨੀਵਰਸਿਟੀਜ਼ ਆ, ਪ੍ਰਾਈਵੇਟ ਯੂਨੀਵਰਸਿਟੀਜ਼ ਆ, ਸਟੂਡੈਂਟਸ ਲਈ ਲਗਾਤਾਰ ਮੌਕੇ ਬਣੇ ਹੋਏ ਆ। ਸੋ ਆਪਣੀ ਐਪਲੀਕੇਸ਼ਨ ਲਾਉਣ ਦਾ ਇਹ ਢੁੱਕਵਾਂ ਸਮਾਂ ਹੈ। ਸੋ ਅਗਰ ਤੁਸੀਂ ਪਿਛਲੇ 2-4 ਸਾਲ ਦੇ ਵਿੱਚ ਆਪਣੀ ਐਜੂਕੇਸ਼ਨ ਪੂਰੀ ਕੀਤੀ ਆ, ਅਗਰ ਯੂਕੇ 'ਚ ਐਜੂਕੇਸ਼ਨ ਨੂੰ ਲੈ ਕੇ ਕੋਈ ਬਹੁਤ ਗੈਪਸ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਕੋਈ ਭੇਦਭਾਵ ਨਹੀਂ ਹੈਗਾ, ਸੋ ਅਗਰ ਤੁਸੀਂ ਇਸ ਸਮੇਂ 'ਚ ਆਪਣੀ ਐਪਲੀਕੇਸ਼ਨ ਕਦੇ ਐਜੂਕੇਸ਼ਨ ਪੂਰੀ ਕੀਤੀ ਆ ਤਾਂ ਤੁਸੀਂ ਆਪਣੀ ਐਪਲੀਕੇਸ਼ਨ ਯੂਕੇ ਲਈ ਸਾਡੇ ਨਾਲ ਲਾ ਸਕਦੇ ਹੋ। ਸੋ ਤੁਸੀਂ £2000 ਦੇ ਵਿੱਚ ਯੂਕੇ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ, ਸਿਰਫ £2000 ਦੇ ਵਿੱਚ। ਸੋ ਫੀਸ ਆਲਮੋਸਟ ਯੂਨੀਵਰਸਿਟੀ 10 ਤੋਂ 15 ਹਜ਼ਾਰ ਪਾਊਂਡ ਹੈ, ਪਰ ਤੁਸੀਂ ਅਪਫਰੰਟ ਸਿਰਫ £2000 ਦੇ ਕੇ ਐਪਲੀਕੇਸ਼ਨ ਵੀਜ਼ਾ ਸਕਸੈਸ ਕਰ ਸਕਦੇ ਹੋ। ਕਿਸੇ ਵੀ ਕੰਟਰੀ ਦੀ, ਚਾਹੇ ਤੁਹਾਡੇ ਕੋਲ ਰਿਫਿਊਜ਼ਲ ਹੈ, ਕਿਸੇ ਵੀ ਕੰਟਰੀ ਦਾ ਕੋਈ ਤੁਹਾਡੇ ਕੋਲ ਨੈਗੇਟਿਵ ਰਿਜ਼ਲਟ ਆ, ਡਜ਼ਨ ਮੈਟਰ, ਇੱਥੇ ਬਿਲਕੁਲ ਮੈਟਰ ਨਹੀਂ ਕਰਦੇ। ਸੋ ਵਧੇਰੇ ਜਾਣਕਾਰੀ ਲਈ, ਆਪਣਾ ਕੇਸ ਡਿਸਕਸ ਕਰਨ ਲਈ ਮੇਰੇ ਨਾਲ ਕਾਲ ਕਰੋ 9168 9168, ਇਸੇ ਨੰਬਰ ਦੇ ਉੱਪਰ ਤੁਸੀਂ, ਤੁਹਾਡੀ ਸਕਰੀਨ ਦੇ ਉੱਪਰ ਨੰਬਰ ਵੀ ਹੈ, ਤੁਸੀਂ ਇਸੇ ਨੰਬਰ ਉੱਪਰ ਡਾਕੂਮੈਂਟਸ ਵੀ ਵਟਸਐਪ ਕਰ ਸਕਦੇ ਹੋ। ਡਾਕੂਮੈਂਟਸ ਵੇਖਣ ਤੋਂ ਬਾਅਦ ਤੁਹਾਨੂੰ ਇਮੀਡੀਏਟਲੀ ਜਾਣਕਾਰੀ ਮਿਲੇਗੀ ਕਿ ਤੁਸੀਂ ਕਿਸ ਯੂਨੀਵਰਸਿਟੀ 'ਚ ਕਿਸ ਪ੍ਰੋਗਰਾਮ ਦੇ ਵਿੱਚ ਜਾ ਸਕਦੇ ਹੋ। ਸੋ ਦੋਸਤੋ, ਲਗਾਤਾਰ ਇਹੋ ਜਿਹੀਆਂ ਵੀਡੀਓਜ਼ ਦੇਖਣ ਲਈ ਜ਼ਰੂਰ ਇਸ ਪ੍ਰੋਗਰਾਮ ਨੂੰ ਸਬਸਕ੍ਰਾਈਬ ਕਰੋ, ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਔਰ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਲਗਾਤਾਰ ਮਿਲਦੀਆਂ ਰਹਿਣ। ਸੋ ਅਗੇਨ ਨਵੀਂ ਜਾਣਕਾਰੀ ਨਾਲ ਤੁਹਾਡੇ ਫਿਰ ਰੂਬਰੂ ਹੋਵਾਂਗੇ। ਸਤਿ ਸ਼੍ਰੀ ਅਕਾਲ ਜੀ।